धन गुरु नानक साहिब जी, बाबा सच्चे पातशाह गुरु गरीब नेवा। वाहिगुरु जी का खालसा, वाहिगुरु जी की फतेह। सुरजीत सिंह जी बरनाला आए हुए हैं, जो कि मद्रास के गवर्नर हैं। उन्होंने जी आया जी आया जी आया, क्योंकि बाबा जी के स्थान पर हाजरी भरने वास्ते आए हैं। जी आया उन्होंने आख्या जाता, वाहिगुरु जी का खालसा वाहिगुरु जी की फतेह। तालबे मौला हमेशा जिंदा, बर जबान इस नाम सुभान अस्तबास, गुरमुख हमेशा जीते मरते कभी नहीं। वो जिनकी जबा पे हरदम सतनाम वाहे गुरु है, ओलक निबही प्रीत सेवक की। रखियो ग्रह पितर
ਨਹੀਂ ਜਾਣਿਓ ਜੋ ਜੋ ਹੁਕਮ ਪਇਓ ਸਾਹਿਬ ਪਾ ਸੋ ਮਾਥੇ ਲੈ ਮੰਨਿਓ ਪਾਠ ਸਾਹਿਬ ਜੀ ਦੀ ਸੰਪੂਰਨਤਾ ਹੋਈ ਤੇ ਬਿਹੰਗਮਾਨ ਦੇ ਆਪਸ ਵਿੱਚ ਮਨ ਵਿੱਚ ਆ ਰਿਹਾ ਸੀ ਕਿ ਬਾਬਾ ਜੀ ਨੇ ਬੜੀ ਸੇਵਾ ਕੀਤੀ। ਬੜੀ ਪੁਰਾਣੀ ਬਾਤ ਹੈ ਔਰ ਇਹ ਗੱਲ ਪਹੁੰਚੀ ਜਾ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਦੇ ਹਜ਼ੂਰ ਜੀ। ਖੇਮ ਸਿੰਘ ਨੇ ਬੜੀ ਸੇਵਾ ਕੀਤੀ ਹੈ, ਮੇਰੀ ਭੁੱਲ ਮਾਫ ਕਰਨਾ, ਮੇਰੀ ਜ਼ਬਾਨ ਨੂੰ ਕੀੜੇ ਪੈ ਜਾਣ ਜੇ ਮੈਂ ਬਾਬਾ ਜੀ ਦੀ ਸ਼ਾਨ ਦੇ ਮੁਤਾਬਿਕ ਗੱਲ ਨਾ ਕਰ ਸਕਾਂ। ਇਹ ਬਾਬਾ ਜੀ ਦੇ ਕੰਨੀ ਇਹ ਗੱਲ ਜਾ ਪਹੁੰਚੀ ਬਈ ਖੇਮ ਸਿੰਘ ਨੇ ਬੜੀ ਸੇਵਾ ਕੀਤੀ ਤੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਮੁਸਕਰਾਏ ਤੇ ਕਹਿਣ ਲੱਗੇ ਹਾਂ, 100 ਅਖੰਡ ਪਾਠਾਂ ਦਾ ਫਲ ਇਕੱਲਾ ਖੇਮ ਸਿਉਂ ਹੀ ਲੈ ਗਿਆ। ਅੱਜ ਵੀ ਇੱਕ ਇਕੋਤਰੀ ਸਮਾਪਤ ਹੋਈ ਹੈ, ਅਸਥਾਨ ਵੱਲੋਂ 100 ਅਖੰਡ ਪਾਠਾਂ ਸਾਹਿਬ ਜੀ ਦੀ ਅੱਜ ਸਮਾਪਤੀ ਹੋਈ ਹੈ। ਇਹ ਨਿਮਾਣੀ ਪੇਟਾ ਹੈ, ਗੁਰੂ ਨਾਨਕ ਪ੍ਰਵਾਨ ਕਰੇ, ਪਰ ਮੇਰਾ ਮਨ ਆਖਦਾ ਅੱਜ ਗੁਰੂ ਨਾਨਕ ਦੇ ਦਰਬਾਰ ਵਿੱਚ ਬਾਬਾ ਜੀ ਦੀ ਕਮਾਈਆਂ ਨੂੰ 100 ਤੋਪਾਂ ਦੀ ਸਲਾਮੀ ਦਿੱਤੀ ਜਾ ਰਹੀ ਹੈ। ਅੱਜ ਉਹ ਦਿਨ ਹੈ ਖੰਡਾਂ ਬ੍ਰਹਿਮੰਡਾਂ ਦੇ ਵਸਨੀਕਾਂ ਦੀ ਨਜ਼ਰ ਅੱਜ ਇਸ ਅਸਥਾਨ ਤੇ ਹੈ। ਅੱਜ ਇੱਕ ਵਾਰ ਸਾਰੇ ਗੂੰਜ ਪਾਓ, ਹਾਜ਼ਰੀਆਂ ਲਾ ਲਓ, ਦਰਗਾਹ ਤੱਕ ਬਾਬਾ ਜੀ ਦੇ ਚਰਨਾਂ ਤੱਕ ਸਾਡੀ ਪੁਕਾਰ ਪਹੁੰਚੇ, ਆਖੋ ਧੰਨ ਗੁਰੂ ਨਾਨਕ। ਗੁਰੂ ਨਾਨਕ 33 ਕਰੋੜ ਦੇਵੀ ਦੇਵਤਾ ਅੱਜ ਗੁਰਸਿੱਖਾਂ ਦੀ ਚਰਨ ਧੂੜ ਲੈਣ ਵਾਸਤੇ ਬਾਬਾ ਜੀ ਨੂੰ ਨਮਸਕਾਰਾਂ ਕਰਨ ਆਇਆ, ਹਾਜ਼ਰੀਆਂ ਲਾਓ, ਆਖੋ ਧੰਨ ਗੁਰੂ ਨਾਨਕ। ਗੁਰੂ ਨਾਨਕ ਗੁਰੂ ਨਾਨਕ ਕਿਸੇ ਕਰਮ ਤੇ ਨਹੀਂ ਰੀਝਦਾ, ਗੁਰੂ ਨਾਨਕ ਰੀਝਦਾ ਕਰਨੀਆਂ ਕਮਾਈਆਂ ਤੇ। ਜਿਨ੍ਹਾਂ ਨੇ ਆਪਣਾ ਤਨ ਮਨ ਧਨ ਗੁਰੂ ਨਾਨਕ ਨੂੰ ਅਰਪਣ ਕਰ ਦਿੱਤਾ ਉਹ ਅੱਜ ਦੇ ਸਮੇਂ ਵਿੱਚ ਬਾਬਾ ਜੀ ਦੀ ਕਰਨੀ ਕਮਾਈ ਨੂੰ ਨਮਸਕਾਰ ਕਰੋ, ਆਖੋ ਧੰਨ ਗੁਰੂ ਨਾਨਕ। ਗੁਰੂ ਨਾਨਕ ਬਸ ਇਹ ਸਾਡੀ ਹਾਜ਼ਰੀ ਪ੍ਰਵਾਨ ਹੋ ਜਾਵੇ,
ਇਹ ਸਾਡੇ ਹਿਰਦੇ ਤੇ ਵਸ ਜਾਵੇ। ਧੰਨ ਗੁਰੂ ਨਾਨਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ।